की हाल है सजनों ते बेलियो, तुसी वेख रहे हो वन मैन टीवी ते मैं तुहाडा अपना मलंगी। नाज़रीन, जिस तरह तुहाडा साडा वादा है कि वधिया गाउण वाले ते वधिया हसाउण वाले सुपरस्टार लैके तुहाडे तक पहुँचते रहांगे। नाज़रीन, लाहौर का एक इलाका है गाजियाबाद, जिते बड़े बड़े वड्डे फनकार पैदा होए, जिन्हां दे विच अमानुल्ला साहब, नशीला साहब, परवेज मेहंदी साहब, शौकत खान साहब तबले वाले, मुहम्मद असलम साहब, अल्लाह पाक उन्होंने जन्नत च जगह दे। इस टाइम बड़े बड़े वड्डे फनकार उस इलाके चो निकलते पे ने। अज एक ऐसे सुपरस्टार, ऐसे सिंगर नाल तुहाडी गल करावांगे, मून अली साहब दे नाल, जिन्होंने पूरी दुनिया च जाके प्यारे पाकिस्तान दा ते नाम रोशन किया ही किया, नाल गाजियाबाद दा और साडा भी नाम रोशन किया। आओ तुहाडी उन्हां नाल गल कराउंदे आ। ऐसे लोग कदी कदी हत्थे चढ़दे ने। अस्सलाम वालेकुम खान साहब। अस्सलाम वालेकुम जी। वालेकुम सलाम जी। खान साहब, की हाल चाल है? ठीक ठाक अलहमदुल्ला। आप सुनाए, कैसे हैं? ठीक है। कैसी गुजर रही? बहुत अच्छी। बड़ी देर बाद टाइम दिया। ये आपका बहुत बहुत शुक्रिया है कि आपने इस काबिल समझा कि आप तशरीफ लाए हैं मेरे लिए। नाज़रीन, तुहानू दसीए कि खान साहब नू तुसी जिथे भी तुसी अच्छा सुरीला गाउण वाला जदों सुनोगे ना, उच्च तुहानू खान साहब नू जरूर सुनना पएगा। ये सची मिची वधिया गाउण वाले और वधिया काम करन वाले बंदे ने। ते खान साहब, साडे सुनन वालेयां नू ते चाहण वालेयां नू ये जरूर दसो, किन्नी देर तो काम कर रहे? तकरीबन 20 साल हो गए मुझे ये काम करते हुए। अब आके मौला ने सुनी है, सची जो बात है। नहीं नहीं, साढ़े वेखण वाले दी सुनने वाले दी बहुत ज्यादा दुआवां तुहाडे नाल ने। तुसी ते सची मिची दा गाउण वाले हो ना, इत्थे जिहड़े बुरा गाउंदे ने ओह वड्डियां गड्डियां ते फिर रहे ने, और जिहड़ा बंदा जिन्ना भैड़ा गाउंदा उन्ने अच्छे कपड़े पा के फंक्शन च फिर रहा हुंदा तैयार हो के। है जी, तुसी ते माशाल्लाह बड़े वधिया फनकार हो, ते स्पैशली तुहाडे डैडी जिहड़े तुहाडे वालिद साहब सन, ਉਹ ਵੀ ਸਾਡੇ ਪਿਆਰੇ ਪਾਕਿਸਤਾਨ ਦੇ ਸੁਪਰ ਸਟਾਰ ਹੋਏ ਨੇ। ਇਹ ਦੱਸੋ ਕਿ ਕਿੰਨੀਆਂ ਨਸਲਾਂ ਤੋਂ ਕੰਮ ਕਰ ਰਹੇ ਹੋ? ਤਕਰੀਬਨ ਇਹ ਹਮਾਰੀ ਚੌਥੀ ਨਸਲ ਹੈ। ਮੇਰੇ ਦਾਦਾ ਜੀ ਕਵਾਲੀ ਕਰਦੇ ਥੇ, ਉਨਕਾ ਸੂਫੀਜ਼ਮ ਕੇ ਸਾਥ ਸੈਟਅਪ ਥਾ, ਉਸਕੇ ਬਾਅਦ ਮੇਰੇ ਵਾਲਦ ਸਾਹਿਬ ਨੇ ਸੰਭਾਲਾ। ਅਬ ਇਹ ਮੈਨੇ ਇਸਕੋ ਸੰਭਾਲਾ ਹੋਇਆ, ਬਸ ਦੁਆ ਹੈ ਕਿ ਮਾਲਕ ਕਾਮਯਾਬ ਕਰਤਾ ਰਹੇ। ਕੋਈ ਵੀ ਕੰਮ ਹੈ ਨਾ ਦੁਨੀਆ ਦਾ, ਅਗਰ ਨੇਕ ਨੀਤੀ ਨਾਲ ਕੀਤਾ ਜਾਵੇ ਤਾਂ ਉਹ ਅਸਰ ਰੱਖਦਾ ਹੈ। ਅਕਸਰ ਨਾ ਲੋਕ ਕੰਮ ਜਿਹੜਾ ਕਰ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ, ਲੋਕ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦਾ ਉਹ ਕੰਮ ਹੀ ਨਹੀਂ ਗਾ। ਕਿਸੇ ਡਾਕਟਰ ਦੀ ਦੁਕਾਨ ਤੇ ਜਾਓ ਨਾ, ਜੀ ਡਾਕਟਰ ਸਾਹਿਬ ਐਰੇ ਪਾਣੀ ਉਹਦੇ ਦਵਾਈ ਲੈਣ ਗਏ ਨੇ, ਉਹਦਾ ਉਹ ਕੰਮ ਹੀ ਨਹੀਂ ਗਾ। ਇਸੇ ਤਰ੍ਹਾਂ ਤੁਸੀਂ ਵੇਖਿਆ ਹੁਣ ਕੁਆਲ ਪਾਰਟੀਆਂ, ਗਾਜ਼ੀਆਬਾਦ ਦੇ ਵਿੱਚ ਆਵਾਜ਼ ਲਾਈ ਹੈ ਨਾ ਕੁਆਲ ਪਾਰਟੀ ਹੈ, ਤੇ 3000 ਬੰਦਾ ਕਹਿੰਦਾ ਮੈਨੂੰ ਬੁਲਾ ਰਹੇ ਭਾਈ। ਹੈ ਜੀ, ਉਹਦੇ ਵਿੱਚ ਇਹ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਜਗ੍ਹਾ 'ਤੇ ਕੁਆਲੀ ਹੋ ਰਹੀ ਸੀ, ਇੱਕ ਬੰਦਾ 500 ਦੇ ਨੋਟ ਸੁੱਟੀ ਜਾ ਰਿਹਾ, ਪਿੱਛੇ ਇੱਕ ਬੰਦਾ 500 ਰੁਪਏ ਫੜ ਕੇ ਅਤੇ ਜੁਰਾਬ ਦੇ ਵਿੱਚ ਦੇ ਰਿਹਾ। ਉਹ ਕਹਿੰਦਾ ਕੀ ਹੋ ਰਿਹਾ? ਕਹਿੰਦਾ ਕਿ ਖਾਰਿਸ਼ ਹੋ ਰਹੀ। ਕਹਿੰਦਾ ਪੁੱਤਰ, ਇਹ ਖਾਰਿਸ਼ 5-10 ਵੀ ਹੋ ਸਕਦੀ ਹੈ। ਹੈ ਜੀ, ਅਤੇ ਖਾਨ ਸਾਹਿਬ, ਅਸੀਂ ਤਾਂ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲ ਕਰਕੇ ਫਖਰ ਮਹਿਸੂਸ ਕਰ ਰਹੇ ਹਾਂ, ਅਤੇ ਸਾਡੇ ਜਿਹੜੇ ਸੁਣਨ ਵਾਲੇ ਨੇ ਜਾਂ ਚਾਹੁਣ ਵਾਲੇ ਨੇ, ਤੁਸੀਂ ਯਕੀਨ ਕਰੋ, ਮੈਨੂੰ ਬਹੁਤ ਸਾਰੇ ਲੋਕਾਂ ਨੇ ਥੱਲੇ ਕਮੈਂਟਸ ਲਿਖਿਆ, ਮੈਨੂੰ ਕਮੈਂਟਸ ਬਾਕਸ ਦੇ ਵਿੱਚ, ਕਿ ਜੀ ਖਾਨ ਸਾਹਿਬ ਨੂੰ ਕਿਸ ਦਿਨ ਸਾਡੇ ਸਾਹਮਣੇ ਲਿਆ ਰਹੇ ਹੋ? ਇੱਕ ਤੁਹਾਡਾ ਅਤੇ ਇੱਕ ਅਮਾਨਤ ਚੰਨ ਸਾਹਿਬ ਦਾ ਲੋਕਾਂ ਨੇ ਮੈਨੂੰ ਬਹੁਤ ਕਿਹਾ। ਬਾਏ ਗੌਡ, ਮੈਂ ਸੱਚੀ ਗੱਲ ਕਰ ਰਿਹਾ ਤੁਹਾਡੇ ਨਾਲ, ਅਤੇ ਸਪੈਸ਼ਲੀ ਸਾਡੇ ਸੁਣਨ ਵਾਲਿਆਂ ਨੂੰ ਕੋਈ ਵਧੀਆ ਜੀ ਪੰਜਾਬੀ ਸੁਣਾਓ। ਤੁਸੀਂ ਸਾਡੇ ਇਲਾਕੇ ਗਾਜ਼ੀਆਬਾਦ ਦਾ ਝੂਮਰ ਹੋ ਜਿਹਦੇ ਨਾਲ ਸਾਡਾ ਇਲਾਕਾ ਸੱਜਦਾ ਹੈ, ਅਤੇ ਅੱਲਾਹ ਕਰੇ ਕਿ ਤੁਸੀਂ ਸਾਡੇ ਪਿਆਰੇ ਪਾਕਿਸਤਾਨ ਦਾ ਨਾਮ ਰੋਸ਼ਨ ਪੂਰੀ ਦੁਨੀਆ 'ਚ ਕਰੋ। ਨਾਜ਼ਰੀਨ, ਖਾਨ ਸਾਹਿਬ ਦੀ ਇੱਕ ਪੰਜਾਬੀ ਪਿਆਰ ਚੰਨ ਮਾਹੀਂ ਦਾ, ਉਹ ਬੰਦਾ ਇੱਕ ਵਾਰੀ ਅੰਤਰਾ ਸੁਣੇ ਤਾਂ ਦਿਲ ਕਰਦਾ ਕਿ 10 ਜਾਂ 15 ਦਫਾ ਨੂੰ ਜ਼ਰੂਰ ਸੁਣਾ। ਮੈਂ ਮੋਟਰਵੇ 'ਤੇ ਅੱਗੇ ਮੈਂ ਜ਼ਿਕਰ ਕੀਤਾ ਕਿ ਸਾਰੇ ਰਸਤੇ ਮੈਂ ਉਹੀ ਪੰਜਾਬੀ ਸੁਣੀ ਹੈ, ਅਤੇ ਨਾਜ਼ਰੀਨ ਬਹੁਤ ਸ਼ੁਕਰੀਆ ਖਾਨ ਸਾਹਿਬ, ਤੁਸੀਂ ਵਨ ਮੈਨ ਟੀਵੀ ਨੂੰ ਅਤੇ ਨਈਮ ਸ਼ੌਕੀ ਨੂੰ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਕੇ ਅਤੇ ਸਾਨੂੰ ਟਾਈਮ ਦਿੱਤਾ। ਅਤੇ ਨਾਜ਼ਰੀਨ, ਜੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਤੋਂ ਵਧੀਆ ਗਾਉਣ ਵਾਲਾ ਅਤੇ ਵਧੀਆ ਤੋਂ ਵਧੀਆ ਹਸਾਉਣ ਵਾਲਾ ਤੁਹਾਡੇ ਤੱਕ ਪਹੁੰਚਦਾ ਰਹੇ, ਅਤੇ ਵਨ ਮੈਨ ਟੀਵੀ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਘੈਂਟੀ 'ਤੇ ਅੰਗੂਠਾ ਜ਼ਰੂਰ ਮਾਰੋ। ਇਹਦੇ ਨਾਲ ਆਪਣੇ ਮਲੰਗੀ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼। ਅਤੇ ਪਲੀਜ਼ ਕਿਧਰੇ ਜਾਣਾ ਨਹੀਂ, ਖਾਨ ਸਾਹਿਬ ਦੀ ਪੰਜਾਬੀ ਪਿਆਰ ਚੰਨ ਮਾਹੀ ਦਾ ਅਸੀਂ ਸੁਣਨ ਤੋਂ ਬਗੈਰ ਇਹਨਾਂ ਨੂੰ ਜਾਣ ਨਹੀਂ ਦਿਆਂਗੇ। ਆਓ ਜ਼ਰਾ ਖਾਨ ਸਾਹਿਬ ਕੋਲ ਪੰਜਾਬੀ ਸੁਣਦੇ ਹਾਂ। प्यारे चन माही दा लम्मी सोचे पा गया जी, प्यारे चन माही दा लम्मी सोचे पा गया जी, नींद राउड़ा गया जे रोग सीने ला गया जी, हो लम्मी सोचे पा गया जी, प्यारे चन माही दा लम्मी सोचे पा गया जी।
सारी सारी रात डंगे यार दा ख्याल सी हो कसमे जे सुती होवा हो कदी सुख नाल सी सो मेरी का गया जे हो रोग सीने ला गया जे हो लम्मी सोचे पा गया जे प्यारे चल माही दा हो लम्मी सोचे पा गया जी आपे सानू प्यार वाले सुपने बखा के हाए कंडियां च रोले आए हो नींदरों जगा के सो मेरी का गया जे हो रोग सीने ला गया जे हो लम्मी सोचे पा गया जी प्यारे चल माही दा हो लम्मी सोचे पा गया जी थैंक यू सो मच बहुत बहुत शुक्रिया नाजरीन का जिन्होंने मुझे सुना प्यार किया और ज़्यादा मैं मलंगी भाई का शुक्रिया अदा करता हूँ नईम भाई का जिन्होंने मुझे इतना कीमती टाइम दिया अपना